ਜੀ ਸਲਾਮ ਅਲੈਕੁਮ ਭਾਈ ਜੀ। ਭਾਅ ਜੀ ਮੈਨੂੰ ਇਹ ਦੱਸੋ ਕਿੰਨੇ ਪੈਂਚਰ ਮੇਰੇ ਟਾਇਰ ਚੋਂ ਨਿਕਲੇ ਨੇ? 8-9 ਪੈਂਚਰ ਨੇ। ਔਰ ਇਹ ਜਿਹੜੀ ਜੱਕੀ ਹੋਈ ਹੈ ਮੋਟਰਵੇ ਦੇ ਜਿਹੜੇ ਪੈਂਚਰ ਲਵਾਏ ਨੇ ਜਾਣ ਕੇ ਕਰ ਰਹੇ ਨੇ? ਅੱਛਾ, ਜਾਣ ਕੇ ਕਰ ਰਹੇ ਨੇ, ਜਾਣ ਕੇ ਦਿਹਾੜੀ ਲਾਉਣ ਵਾਸਤੇ। ਅੱਛਾ ਭਾਈ ਜਾਨ, ਮੈਂ ਆਪਣੇ ਮੇਰੇ ਬੜੇ ਪਿਆਰੇ ਭਾਈ ਨੇ ਰਾਏਵਿੰਡ ਤੋਂ ਨਾ, ਔਰ ਗੱਡੀ ਦਾ ਜਦੋਂ ਵੀ ਟਾਇਰਾਂ ਦਾ ਕੰਮ ਕਰਾਈਦਾ ਬਾਈ ਦੇ ਕੋਲੋਂ ਹੀ ਕਰਵਾਈਦਾ। ਇਹ ਕਹਿ ਰਹੇ ਨੇ ਕਿ ਤੁਸੀਂ ਮੋਟਰਵੇ ਤੋਂ ਪੈਂਚਰ ਲਗਵਾਏ ਨੇ, ਉਹਨਾਂ ਨੂੰ ਜਾਣ ਬੁੱਝ ਕੇ ਤੁਹਾਨੂੰ ਜਿਹੜੇ ਸੂਹੇ ਵਾਲੇ ਪੈਂਚਰ ਨੇ ਉਹ ਤੁਹਾਨੂੰ 8-9 ਪੈਂਚਰ ਲਾ ਦਿੱਤੇ ਨੇ ਬਿਲਾ ਵਜ੍ਹਾ ਦਾ। ਅਤੇ ਭਾਈ ਜਾਨ, ਜ਼ਰਾ ਟਾਇਰ ਦੀ ਕੰਡੀਸ਼ਨ ਦੇਖੀ ਨਾ, ਟਾਇਰ ਦੀ ਕੀ ਕੰਡੀਸ਼ਨ ਹੈ ਇਸ ਟਾਈਮ? ਕਿੰਨਿਆਂ ਨੂੰ ਤੁਸੀਂ ਲਾ ਰਹੇ ਜੇ ਪੈਂਚਰ ਇਸ ਟਾਈਮ ਜਿਹੜੇ ਲੱਗਣ ਵਾਲੇ ਸਨ? ਇਸ ਟਾਈਮ 3 ਲਾਏ ਨੇ ਅਸੀਂ, ਬਾਕੀ ਛੱਡ। ਅੱਛਾ, ਇਹਨਾਂ ਨੇ 3 ਪੈਂਚਰ ਕੱਢੇ ਨੇ ਔਰ ਉਸੇ ਟਾਇਰ ਦੇ ਆਪਣਾ ਮੋਟਰਵੇ 'ਤੇ ਜਿਹੜਾ ਉਹ 8-9 ਪੈਂਚਰ ਨਿਕਲੇ। ਮੈਂ ਤੁਹਾਨੂੰ ਟਾਇਰ ਦੀ ਹਾਲਤ ਦਿਖਾਉਂਦਾ। ਪੈਂਚਰ ਨਾ ਲਗਵਾਏ ਔਰ ਜੋ ਆਪਣਾ ਕੋਈ ਤਾਲੁਕ ਵਾਲਾ ਹੋ ਜਾਂ ਜੋ ਬੰਦਾ ਆਪਕੋ ਵੈਸੇ ਜੀ ਟੀ ਰੋਡ ਪੇ ਹੋ ਜਾਂ ਵੈਸੇ ਆਪਕੇ ਸ਼ਹਿਰ ਕਾ ਉਸੇ ਲਗਵਾਏ, ਮੋਟਰਵੇ ਵਾਲੇ ਜਾਣ ਬੁੱਝ ਕੇ ਸਿਰਫ ਆਪਣੇ ਪੈਸੇ ਬਣਾਉਣ ਕੇ ਲਈ ਪੈਂਚਰ ਲਗਾ ਰਹੇ ਹਾਂ ਜੀ। ਹਮਾਰਾ ਟਾਇਰ ਜੋ ਹੈ ਉੱਪਰ ਲਗਾਉਣੇ ਲਗੇ ਔਰ ਉਸਕੇ ਬਾਅਦ ਹਮ ਯਹਾਂ ਸੇ ਨਿਕਲੇਂਗੇ।